ਸੋ ਦੋਸਤੋ ਪੈਥੋ ਫਿਜ਼ੀਓਲੋਜੀ ਇਨ ਸਾਰੀਆਂ ਬਿਮਾਰੀਆਂ ਦੀ ਆਪਾਂ ਡਿਸਕਸ ਕਰ ਲਈਏ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਗਰ ਤੁਹਾਨੂੰ ਫਿਰ ਵੀ ਕੋਈ ਸ਼ੰਕਾ ਹੈਗਾ ਜਾਂ ਤੁਸੀਂ ਉਸ ਬਿਮਾਰੀ ਦਾ ਹਿੱਸਾ ਜਿੱਥੇ ਤੁਸੀਂ ਕਨਫਿਊਜ਼ਨ ਥੋੜੀ ਜੀ ਸਮਝਦੇ ਆ ਉਹਨੂੰ ਦੁਬਾਰਾ ਸੁਣ ਸਕਦੇ ਹੋ ਵੀਡੀਓ ਚੈਨਲ ਤੇ ਪਈ ਰਹਿਣੀ ਹੈ ਠੀਕ ਹੈ ਸੋ ਹੁਣ ਆਪਾਂ ਅੱਗੇ ਚੱਲਣਾ ਹੈ ਹੁਣ ਗੱਲ ਆ ਜਾਏਗੀ ਵੀ ਕੀ ਕੀ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਕੀ ਕੀ ਸਾਨੂੰ ਕਰਨਾ ਚਾਹੀਦਾ ਹੈ ਦੇਖੋ ਦਵਾਈਆਂ ਦੇ ਨਾਲ ਤੁਸੀਂ ਆਪਣੀ ਬਿਮਾਰੀ ਦੇ ਲੱਛਣ ਠੀਕ ਕਰ ਸਕਦੇ ਹੋ ਲੇਕਿਨ ਸਿਹਤ ਨੂੰ ਠੀਕ ਕਰਨ ਵਾਸਤੇ ਤਾਂ ਤੁਹਾਨੂੰ ਖਾਹਕ ਦਾ ਸਹਾਰਾ ਹੀ ਲੈਣਾ ਪੈਣਾ ਅਗਰ ਖਾਹਕ ਗਲਤ ਖਾਧੀ ਤੇ ਦਵਾਈਆਂ ਨਾਰਮਲ ਖਾਂਦੇ ਰਹੇ ਦਵਾਈ ਜਿੰਨਾ ਕਿ ਸਰੀਰ ਨੂੰ ਠੀਕ ਕਰਦੀ ਪਈ ਆ ਗਲਤ ਖਾਹਕ ਜਾਂ ਗਲਤ ਚੀਜ਼ ਕੋਈ ਅਗਰ ਅਸੀਂ ਆਪਣੇ ਸਰੀਰ ਚ ਪਾਉਨੇ ਆ ਉਹਨੇ ਉਨੇ ਹੀ ਸਾਨੂੰ ਨੁਕਸਾਨ ਕਰਨਾ ਆ ਅਸੀਂ ਘੁਮਕਮਾ ਕੇ ਉਥੇ ਹੀ ਪਹੁੰਚ ਜਾਣਾ ਦੋ ਪੈਰ ਅੱਗੇ ਵਧੇ ਵਧੀਆ ਦਵਾਈ ਖਾ ਕੇ ਤੇ ਗਲਤ ਖਾਹਕ ਖਾ ਕੇ ਦੋ ਪੈਰ ਹੀ ਪਿੱਛੇ ਆ ਗਏ ਸੋ ਇਹ ਗਲਤੀਆਂ ਨਹੀਂ ਕਰਨੀਆਂ ਹੁਣ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤਾ ਜਾਊਗਾ ਕਿ ਕੀ ਹੋਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਵਿਚਾਰ ਰੱਖਣਾ ਆ ਫਿਰ ਆਪਾਂ ਡਿਸਕਸ ਕਰਾਂਗੇ ਡਾਈਟ ਦੇ ਬਾਰੇ ਕਿੰਨੇ ਤਰ੍ਹਾਂ ਦੀਆਂ ਅਲੱਗ-ਅਲੱਗ ਡਾਈਟਸ ਤੁਸੀਂ ਜਿਹੜੀਆਂ ਆ ਉਹ ਟਰਾਈ ਕਰ ਸਕਦੇ ਆ ਤੁਹਾਨੂੰ ਟਰਾਈ ਵੱਖੋ-ਵੱਖ ਡਾਈਟਸ ਤੁਹਾਨੂੰ ਟਰਾਈ ਕਰਨੀਆਂ ਚਾਹੀਦੀਆਂ ਆ ਜਿੰਨੇ ਵੀ ਤੁਹਾਨੂੰ ਮੈਂ ਅਲੱਗ-ਅਲੱਗ ਜਿਹੜੇ ਆ ਕਨਸੈਪਟ ਤੁਹਾਡੇ ਨਾਲ ਸਾਂਝੇ ਕਰੂੰਗਾ ਸਭ ਤੋਂ ਜ਼ਰੂਰੀ ਇਹ ਦੇ ਵਿੱਚ ਫਾਈਬਰ ਦੇ ਨਾਲ ਗੱਲ ਆਪਾਂ ਕਰਨੀ ਦੂਸਰੀ ਅਲਸਰੇਟਿਵ ਕੋਲਾਈਟਸ ਦੇ ਪੇਸ਼ੈਂਟਸ ਵਾਸਤੇ ਇਰੀਟੇਬਲ ਬਾਵਲ ਡਿਜ਼ੀਜ਼ ਦੇ ਪੇਸ਼ੈਂਟ ਵਾਸਤੇ ਫੂਡ ਮੈਪਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਕਿ ਬਹੁਤ ਜਲਦ ਅਸੀਂ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਹੈ। ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ Aerodyne Nutrition ਚੈਨਲ ਨੂੰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਬੈਲ ਆਈਕਨ ਦਬਾਉਣਾ ਨਾ ਭੁੱਲਿਓ। Facebook Instagram ਤੇ ਵੀ Aerodyne Nutrition ਦੇ ਨਾਮ ਤੇ ਸਾਡਾ ਪੇਜ ਆ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਆ ਜਿੰਨਾ ਕੰਟੈਂਟ YouTube ਤੇ ਪਾਇਆ ਜਾਂਦਾ ਸਾਰੇ ਦਾ ਸਾਰਾ ਕੰਟੈਂਟ Facebook Instagram ਉੱਪਰ ਵੀ ਅਵੇਲੇਬਲ ਆ। ਸੋ ਸਾਰੇ ਪਲੇਟਫਾਰਮਸ ਦੇ ਉੱਪਰ ਸਪੋਰਟ ਕਰੋ। ਤੇ ਸਾਡੇ ਨਾਲ ਜੁੜੇ ਰਹੋ so that ਤੁਸੀਂ ਕੋਈ ਵੀ ਤੁਸੀਂ ਕੋਈ ਵੀਡੀਓ ਜਿਹੜੀ ਹੈ ਉਹ ਮਿਸ ਨਾ ਕਰੋ so lets start ਅੱਗੇ ਗੱਲ ਕਰੀਏ ਆਪਾਂ ਡਾਈਟ ਬਾਰੇ so ਅੱਜ ਆਪਾਂ ਗੱਲ ਕਰਨੀ ਹੈ ਡਾਈਟਰੀ ਮੈਨੇਜਮੈਂਟ ਦੀ ਫॉर द ਪ੍ਰੋਬਲਮਸ ਰੈਕਟਲ ਅਲਸਰ ਜਾਂ ਇਨਫਲਮੇਟਰੀ ਬਾਵਲ ਡਿਜ਼ੀਜ਼ ਜਾਂ ਇਨਫਲਮੇਟਰੀ ਬਾਵਲ ਸਿੰਡਰਮ ਜਿਹਦੇ ਵਿੱਚ ਅਸੀਂ ਕਵਰ ਕਰਦੇ ਆਂ ਅਲਸਰੇਟਿਵ ਕੋਲਾਈਟਿਸ ਤੇ ਨਾਲ ਦੀ ਨਾਲ ਹੀ ਕ੍ਰੋਨਸ ਡਿਸੀਜ਼ ਦਾ ਵੀ ਥੋੜਾ ਜਿਹਾ ਹਿੱਸਾ ਇਹਦੇ ਵਿੱਚ ਐਡ ਆ ਜਾਂਦਾ ਭਰੇਜ ਸੇਮ ਨੇ ਸਭ ਤੋਂ ਟ੍ਰੀਕੀ ਟੌਪਿਕਸ ਦੇ ਵਿੱਚੋਂ ਇੱਕ ਆ ਇਹ ਠੀਕ ਹੈ ਜਦੋਂ ਆਪਾਂ ਅਲਸਰਸ ਦੀ ਗੱਲ ਕਰਦੇ ਆ ਇਸ ਤੋਂ ਪਹਿਲਾਂ ਅਸੀਂ ਇਸ ਚੈਨਲ ਦੇ ਉੱਪਰ ਜਿੰਨੇ ਵੀ ਪੇਟ ਦੇ ਜਾਂ ਅੰਤਰੀਆਂ ਦੇ ਉੱਪਰਲੇ ਹਿੱਸੇ ਦੇ ਅਲਸਰੀਆਂ ਖਾਣੇ ਦੀ ਪਾਈਪ ਵਾਲਾ ਅਲਸਰ ਜਿਹੜਾ ਇਸੋਫੇਗਸ ਅਲਸਰ ਗਰਡ ਇਹ ਸਾਰਾ ਡਿਸਕਸ ਕੀਤਾ ਬਹੁਤ ਈਜ਼ੀ ਸੀਗੇ ਇਹਨਾਂ ਦੇ ਭਰੇਜ ਵੀ ਤੇ ਇਹ ਬਿਮਾਰੀ ਵੀ ਸਮਝਣੀ ਸੌਖੀ ਸੀ ਬਟ ਰੈਕਟਲ ਅਲਸਰ ਦੇ ਭਰੇਜ ਵੀ ਬਹੁਤ ਟ੍ਰੀਕੀ ਆ ਤੇ ਵੀਡੀਓ ਵੀ ਥੋੜੀ ਜੀ ਹੋ ਸਕਦਾ ਲੰਬੀ ਹੋਵੇ ਠੀਕ ਹੈ ਸੋ ਬਹੁਤ ਧਿਆਨ ਨਾਲ ਬਹੁਤ ਕਨਸੈਂਟਰੇਸ਼ਨ ਨਾਲ ਤੁਸੀਂ ਸੁਣਨੀ ਹੈ ਠੀਕ ਹੈ ਸੋ लेट्स स्टार्ट ਪਹਿਲਾ ਤਾਂ ਆ ਗਿਆ ਖਾਣੇ ਅਵੋਇਡ ਜਿਹੜੇ ਕਰਨੇ ਆ ਉਹ ਤਾਂ ਸਾਡੇ ਪੇਟ ਚੱਲ ਰਿਹਾ ਦੇਖੋ ਸ਼ੁਰੂ ਤੋਂ ਹੀ ਕਿ ਆਪਾਂ ਚਾਹ ਕੌਫੀ ਵਗੈਰਾ ਅਵੋਇਡ ਕਰਨਾ ਹੈ ਚਾਹ ਕੌਫੀ ਜਿਹੜੀ ਹੈ ਇਹ ਇਸ ਕੇਸ ਦੇ ਵਿੱਚ ਡਾਇਰੀਟਿਕਾ ਸਾਨੂੰ ਡੀਹਾਈਡਰੇਟ ਕਰ ਸਕਦੀ ਆ ਡੀਹਾਈਡਰੇਸ਼ਨ ਸਾਨੂੰ ਕਨਸਟਿਪੇਸ਼ਨ ਵੀ ਕਰ ਸਕਦੀ ਆ ਠੀਕ ਹੈ ਕਨਸਟਿਪੇਸ਼ਨ ਦੇ ਵਿੱਚ ਵੀ ਨੁਕਸਾਨ ਕਰੇਗੀ ਡੀਹਾਈਡਰੇਸ਼ਨ ਦੇ ਨਾਲ ਕਨਸਟਿਪੇਸ਼ਨ ਹੁੰਦੀ ਆ ਜਿਹੜੇ ਲੋਕ ਪਾਣੀ ਘੱਟ ਪੀਂਦੇ ਆ ਉਹਨਾਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਜ਼ਿਆਦਾ ਹੋ ਸਕਦੀ ਤੇ ਦੂਜਾ ਡੀਹਾਈਡਰੇਸ਼ਨ ਜਦੋਂ ਸਾਨੂੰ ਲੂਜ਼ ਮੋਸ਼ਨ ਲੱਗੇ ਆ ਡਾਇਰੀਆ ਹੋ ਰਿਹਾ ਲੂਜ਼ ਮੋਸ਼ਨ ਤਾਂ ਵੈਸੇ ਹੀ ਸਾਡੀ ਬਾਡੀ ਚੋਂ ਪਾਣੀ ਐਕਸਟਰਾ ਨਿਕਲਦਾ ਵੈ ਤੇ ਇਹ ਚੀਜ਼ਾਂ ਸਾਨੂੰ ਹੋਰ ਜ਼ਿਆਦਾ ਡੀਹਾਈਡਰੇਟ ਕਰ ਰਹੀਆਂ ਨੇ ਸੋ ਇਹ ਚੀਜ਼ਾਂ ਨਹੀਂ ਲੈਣੀਆਂ ਚਾਕਲੇਟ ਵੀ ਸੇਮ ਉਸੇ ਤਰੀਕੇ ਨਾਲ ਸਾਡਾ ਜਿਹੜਾ ਪੇਟ ਦਾ ਸਿਸਟਮ ਆ ਉਹ ਹਜੇ ਕੰਪਲੈਕਸ ਜਿਹੜੇ ਫੂਡਸ ਇਦਾਂ ਦੇ ਹੈਗੇ ਉਹਨਾਂ ਨੂੰ ਨਹੀਂ ਡਾਈਜੈਸਟ ਕਰ ਸਕ ਨੈਕਸਟ ਆਜੰਡਾ ਕਿਸੇ ਵੀ ਪ੍ਰਕਾਰ ਦੀ ਮਿਰਚ ਜਿਹੜੀ ਹੈ ਉਹ ਸਾਨੂੰ ਸਾਡੀ ਡਾਈਟ 'ਚ ਨਹੀਂ ਚਾਹੀਦੀ ਮਿਰਚ ਮਸਾਲਾ ਖਾਓਗੇ ਗਰਮ ਤਸੀਰ ਵਾਲੇ ਮਸਾਲੇ ਅਗਰ ਤੁਸੀਂ ਖਾਓਗੇ ਠੀਕ ਹੈ ਸੁੰਡ ਗਰਮ ਮਸਾਲਾ ਲਾਲ ਮਿਰਚ ਹਰੀ ਹਰੀ ਮਿਰਚ ਕਾਲੀ ਮਿਰਚ ਲੌਂਗ ਮੋਟੀ ਇਲਾਇਚੀ ਇਹ ਚੀਜ਼ਾਂ ਅਗਰ ਤੁਸੀਂ ਖਾਓਗੇ ਤਾਂ ਉਹ ਤੁਹਾਡੇ ਜ਼ਖਮਾਂ ਨੂੰ ਹੋਰ ਖਰਾਬ ਕਰੂਗੀ ਇਰੀਟੇਟ ਕਰੂਗੀ ਤੁਸੀਂ ਤਕਲੀਫ ਚਾਹੋਗੇ ਅਸੀਂ ਫਾਲੋ ਕਰਨੀ ਹੈ ਐਲੀਮੀਨੇਸ਼ਨ ਡਾਈਟ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਂਗਾ ਕਿਸੇ ਵੀ ਤਰ੍ਹਾਂ ਦਾ ਜ਼ਿਆਦਾ ਤਲਿਆ ਹੋਇਆ ਠੀਕ ਹੈ ਜਾਂ ਫਰਾਈਡ ਫੂਡ ਆਪਾਂ ਅਵੋਇਡ ਕਰਨਾ ਹਰ ਹਾਲਤ ਵਿੱਚ ਅਸੀਂ ਐਲਕੋਹਲ স্মੋਕਿੰਗ ਤਮਾਕੂ ਤੇ ਸ਼ਰਾਬ ਦੀ ਵਰਤੋਂ ਅਸੀਂ ਬਿਲਕੁਲ ਵੀ ਨਹੀਂ ਕਰਨੀ ਹੁਣ ਇਹਦੇ ਵਿੱਚ ਅਸੀਂ ਡੂਜ਼ ਐਂਡ ਡੋਂਟਸ ਕੀ ਕੀ ਰੱਖਣੇ ਆ ਆਪਣੀ ਡਾਈਟ ਦੇ ਵਿੱਚ ਡੂਜ਼ ਐਂਡ ਡੋਂਟਸ ਦੇ ਵਿੱਚ ਆ ਗਿਆ ਬੈਲੈਂਸਡ ਫਾਈਬਰ ਇਨਟੇਕ ਦੇਖੋ ਲੋ ਫਾਈਬਰ ਨਹੀਂ ਲਿਖਿਆ ਹਾਈ ਫਾਈਬਰ ਨਹੀਂ ਲਿਖਿਆ ਬੈਲੈਂਸਡ ਫਾਈਬਰ ਲਿਖਿਆ ਜੇ ਤੁਸੀਂ ਇਹ ਪੂਰੀ ਪ੍ਰੈਜੈਂਟੇਸ਼ਨ ਦੇਖ ਲਓਗੇ ਤੁਹਾਨੂੰ ਉਦੋਂ ਹੀ ਗੱਲ ਸਮਝ ਆਏਗੀ ਸਟ्रेस ਨਹੀਂ ਲੈਣੀ ਸਟ्रेस ਤੁਹਾਡੇ ਪੇਟ ਦੇ ਉੱਤੇ ਬਹੁਤ ਨੈਗੇਟਿਵ ਇਫੈਕਟ ਕਰਦੀ ਹੈ ਠੀਕ ਹੈ ਸੋ ਅਸੀਂ ਕਈ ਵਾਰ ਜੋਕ ਕਰ ਦਿੰਨੇ ਆ ਠੀਕ ਹੈ ਬਈ ਡਰ ਦੇ ਮਾਰੇ ਕਿਸੇ ਬੰਦੇ ਨੂੰ ਲੂਸ ਟੂ ਲੱਗ ਹੈ ਠੀਕ ਹੈ ਸੋ ਈਵਨ ਦੋ ਅਸੀਂ ਜੋਕ ਕਰਦੇ ਹਾਂ ਬਟ ਇਹ ਰਿਐਲਿਟੀ ਹੈ ਸਟ्रेस ਦੇ ਨਾਲ ਕਈ ਲੋਕਾਂ ਨੂੰ ਕਨਸਟਿਪੇਸ਼ਨ ਜਾਂ ਡਾਇਰੀਆ ਹੋ ਸਕਦਾ ਹੈ ਠੀਕ ਹੈ ਸੋ ਸਟ्रेस ਨਹੀਂ ਲੈਣੀ ਹਾਈਡਰੇਸ਼ਨ ਲੈਵਲ ਵਧੀਆ ਰੱਖਣਾ ਆਪਣੇ ਆਪ ਨੂੰ ਡੀਹਾਈਡਰੇਟ ਨਹੀਂ ਹੋਣ ਦੇਣਾ ਲੋ ਫੂਡ ਮੈਪ ਲੋ ਫੂਡ ਮੈਪ ਅਸੀਂ ਕਰਨਾ ਹੈ ਫੋਲੋ ਹਾਈ ਫੂਡ ਮੈਪ ਆਪਾਂ ਨਹੀਂ ਫੋਲੋ ਕਰਨਾ ਫੂਡ ਮੈਪ ਕੀ ਹੁੰਦਾ ਆਪਾਂ ਜਲਦੀ ਡਿਸਕਸ ਕਰਾਂਗੇ ਇਨ ਅ ਫਿਊ ਮਿੰਟਸ ਆਪਣਾ weight ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਅਗਰ ਘਟ ਰਿਹਾ ਹੈ ਜਾਂ ਤਾਂ ਵੀ ਅਗਰ ਲੋਡ ਤੋਂ ਜ਼ਿਆਦਾ ਵਧਿਆ ਹੋਇਆ ਹੈ ਜਾਂ ਤਾਂ ਵੀ ਆਇਡਲ ਬੋਡੀ weight ਦੇ ਲਾਗੇ ਜਿੰਨਾ ਤੁਸੀਂ ਰਹੋਗੇ ਤੁਹਾਡੀ ਬੋਡੀ ਉਨਾਂ ਵਧੀਆ ਰਿਸਪੌਂਸ ਦੇਏਗੀ ਐਕਜ਼ਰਸ਼ਨ ਨਹੀਂ ਕਰਨੀ ਅਗਰ ਤੁਹਾਨੂੰ ਕਾਂਸਟਿਪੇਸ਼ਨ ਹੈ ਜਾਂ ਜ਼ੋਰ ਨਹੀਂ ਲਗਾਉਣਾ ਪੇਟ ਤੇ ਜ਼ਿਆਦਾ ਸਟ੍ਰੈਸ ਨਹੀਂ ਦੇਣਾ ਜਦੋਂ ਤੁਸੀਂ ਸਟੂਲ ਪਾਸ ਕਰਨ ਬੈਠਦੇ ਹੋ ਠੀਕ ਹੈ ਟਰੀਟਮੈਂਟ ਦੇ ਵਿੱਚ ਅਸੀਂ ਕੁਝ ਇਸ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਨੀ ਹੈ ਸੋ ਪਹਿਲਾਂ ਤਾਂ ਆਪਾਂ ਡਿਸਕਸ ਕਰਾਂਗੇ ਫੂਡ ਮੈਪਸ ਕੀ ਹੁੰਦੇ ਆ ਫਿਰ ਉਹਦੇ ਵਿੱਚ ਕਿਸ ਪ੍ਰਕਾਰ ਦੇ ਫੂਡਸ ਆਉਂਦੇ ਆ ਠੀਕ ਹੈ ਐਂਡ ਫਾਈਬਰ ਨੂੰ ਕਿੱਦਾਂ ਬੈਲੈਂਸ ਕਰਨਾ ਹੈ ਠੀਕ ਹੈ ਅਸੀਂ ਕੋਸ਼ਿਸ਼ ਕਰਨੀ ਕਿ ਇਹਨਾਂ ਦੋਨਾਂ ਦੀ ਵੀਡੀਓ ਸੈਪਰੇਟ ਰੱਖਾਂਗੇ ਉਸ ਤੋਂ ਬਾਅਦ ਸਪੈਸ਼ਲਾਈਜ਼ਡ ਵੀਡੀਓਜ਼ ਦੇ ਉੱਪਰ ਇੱਕ ਸਪੈਸ਼ਲਾਈਜ਼ਡ ਡਾਈਟ ਦੇ ਉੱਪਰ ਵੀਡੀਓ ਆਪਾਂ ਸੈਪਰੇਟ ਰੱਖਾਂਗੇ ਐਂਡ ਦੈਨ ਲਾਸਟ ਵਿੱਚ ਅਸੀਂ ਸਪਲੀਮੈਂਟ ਤੇ ਡਾਈਟ ਚਾਰਟ ਸੋ ਟਾਪਿਕਸ ਇਸ ਤਰੀਕੇ ਨਾਲ ਡਿਸਕਸ ਕਰਾਂਗੇ ਫਿਰ ਦੇਖ ਲਾਂਗੇ ਉਹਦੀਆਂ ਕਿੰਨੀਆਂ ਸਾਡੀਆਂ ਵੀਡੀਓਜ਼ ਬਣਦੀਆਂ ਨੇ ਠੀਕ ਹੈ ਸੋ ਫੂਡ ਮੈਪਸ ਨੂੰ ਸਾਨੂੰ ਸਮਝਣ ਦੀ ਲੋੜ ਆ ਫੂਡ ਮੈਪਸ ਦਾ ਮਤਲਬ ਹੈ ਫਰਮੈਂਟੇਬਲ 올ਿਗੋਡਾਈਮੋਨੋਸੈਕਰਾਈਡਸ ਔਰ ਪੋਲੀਓਲਸ ਯਾਨੀ ਕਿ ਇਹ ਉਹ ਫਰਮੈਂਟੇਬਲ ਕਾਰਬੋਹਾਈਡਰੇਟਸ ਦੀ ਗੱਲ ਕਰਦੇ ਪਏ ਆ ਜਿਹੜੇ ਸਾਡੇ ਪੇਟ ਦੇ ਵਿੱਚ ਜਦੋਂ ਅਸੀਂ ਖਾਂਦੇ ਆ ਉਹ ਕਾਰਬੋਹਾਈਡਰੇਟਸ ਨੂੰ ਇਹ ਸਾਡੀ ਇੰਟੈਸਟਾਈਨ ਦੇ ਵਿੱਚ ਜਾ ਕੇ ਫਰਮੈਂਟ ਹੁੰਦੇ ਨੇ ਠੀਕ ਹੈ ਇਹ ਜਿਹੜੀ ਫਰਮੈਂਟੇਸ਼ਨ ਦਾ ਪ੍ਰੋਸੈਸ ਹੈਗਾ ਆ ਇਹ ਹਾਈਡਰੋਜਨ ਗੈਸ ਪ੍ਰੋਡਿਊਸ ਕਰਦਾ ਆ ਐਂਡ ਕਾਫੀ ਸਾਰੇ ਡਾਈਜੈਸਟਿਵ ਸਿੰਪਟਮਸ ਜਿਵੇਂ ਕਿ ਬਲੋਟਿੰਗ ਕ੍ਰੈਂਪਸ ਜਾਂ ਪੇਨ ਵੀ ਇਹਦੇ ਕਰਕੇ ਸਾਡੀ ਹੋ ਸਕਦੀਆਂ ਜਾਂ ਵੱਧ ਸਕਦੀ ਹੈ ਠੀਕ ਹੈ ਸੋ ਫੂਡ ਮੈਪਸ ਦਾ ਇੱਕ ਹੋਰ ਪ੍ਰੋਬਲਮ ਆ ਜਦੋਂ ਫੂਡ ਮੈਪਸ ਜਿਹੜੇ ਕਾਰਬੋਹਾਈਡਰੇਟਸ 슈ਗਰਸ ਵਿੱਚ ਕਨਵਰਟ ਹੋ ਜਾਂਦੇ ਨੇ ਇਹ ਸਾਰੇ ਕਾਰਬਜ਼ ਆ ਠੀਕ ਹੈ ਆ ਜਿਹੜੇ ਉਲਿਗੋਸੈਕਰਾਈਡਸ ਡਾਈਸੈਕਰਾਈਡ ਮੋਨੋਸੈਕਰਾਈਡ ਇਹ ਸਾਰੇ ਕਾਰਬੋਹਾਈਡਰੇਟਸ ਆ ਇਹ ਕਾਰਬਸ ਜਦੋਂ 슈ਗਰ ਚ ਕਨਵਰਟ ਹੋ ਜਾਂਦੇ ਨੇ ਨਾ ਤੇ ਇਹ ਪਾਣੀ ਨੂੰ ਆਪਣੇ ਵੱਲ ਖਿੱਚ ਕੇ ਲਿਆਉਂਦੇ ਆ ਠੀਕ ਹੈ ਹੁਣ ਅਗਰ ਸਾਡੀ ਅੰਤਰੀ ਸਾਡੀ ਇੰਟਸਟਾਈਨ ਜੇ ਇਹ ਕਾਰਬੋਹਾਈਡਰੇਟ 슈ਗਰ ਚ ਕਨਵਰਟ ਹੋਣਗੇ ਤੇ ਕਾਫੀ ਸਾਰਾ ਲਿਕੁਇਡ ਵੀ ਇਹ ਸਾਡੀ ਇੰਟਸਟਾਈਨ ਜੇ ਖਿੱਚ ਕੇ ਲੈ ਜਾਣਗੇ ਜਿਹਦੇ ਕਰਕੇ ਸਾਡੀ ਡਾਇਰੀਆ ਦੀ ਪ੍ਰੋਬਲਮ ਜਿਹੜੀ ਹੈ ਉਹ ਹੋਰ ਵਿਗੜ ਸਕਦੀ ਹੈ ਹੁਣ ਅਸੀਂ ਕਵਾਂਗੇ ਵੀ ਦੇਖੋ ਡਾਇਰੀਆ ਚ ਤਾਂ ਪਾਣੀ ਵੱਧ ਪੀਣਾ ਚਾਹੀਦਾ ਚੰਗੀ ਗੱਲ ਨਹੀਂ ਹੈ ਕਿ ਵੀ ਇਹ ਕਾਫੀ ਸਾਰਾ ਪਾਣੀ ਸਾਡੀ ਅੰਤਰੀਆਂ ਚ ਲੈ ਕੇ ਆ ਰਹੇ ਬਟ ਉਹ ਨਿਕਲਦਾ ਪਿਆ ਹੈ ਨਾ ਉਹ ਸਟੋਰ ਤਾਂ ਨਹੀਂ ਨਾ ਹੋ ਰਿਹਾ ਉਹ ਸਾਰਾ ওয়াটার ਲਾਸ ਹੋ ਰਿਹਾ ਤੁਹਾਡੀ ਬੋਡੀ ਦਾ ਤੁਸੀਂ ਡੀਹਾਈਡਰੇਟ ਹੋ ਰਹੇ ਆ ਠੀਕ ਹੈ ਸੋ ਵੈਸੇ ਤਾਂ ਇਨ ਜਨਰਲ ਸਾਰੇ ਲੋਕਾਂ ਦੇ ਉੱਪਰ ਅਸੀਂ ਸਟ੍ਰਿਕਟਲੀ ਫੂਡ ਮੈਪਸ ਨੂੰ ਇੰਪਲੀਮੈਂਟ ਨਹੀਂ ਕਰਦੇ ਫੋਰਨ ਕੰਟਰੀਜ਼ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕੀ ਪੈਦਾ ਫੋਰਨ ਚ ਹੋਏ ਆ ਇਹ ਜਾਂ ਉਥੇ ਉਹਨਾਂ ਨੂੰ ਰਹਿੰਦਿਆਂ ਨੂੰ 20 30 ਸਾਲ ਹੋ ਚੁੱਕੇ ਉਹਨਾਂ ਲਈ ਇਹ ਚੀਜ਼ਾਂ ਥੋੜੀਆਂ ਜਿਆਦਾ ਸੈਂਸਿਟਿਵ ਹੈ ਸਾਡੇ ਇੰਡੀਅਨ ਪੋਪੂਲੇਸ਼ਨ ਖਾਸ ਕਰਕੇ ਪੰਜਾਬੀ ਪੋਪੂਲੇਸ਼ਨ ਜਿਨ੍ਹਾਂ ਨੇ ਪੇਸ਼ੈਂਟਸ ਮੈਂ ਦੇਖੇ ਹੈਗੇ ਉਹਨਾਂ ਲਈ ਇਹ ਚੀਜ਼ਾਂ ਇੰਨੀਆਂ ਮੈਟਰ ਨਹੀਂ ਕਰਦੀਆਂ ਬਟ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਇਹਨਾਂ ਨੂੰ ਇਗਨੋਰ ਕਰਕੇ ਚੱਲੀਏ ਠੀਕ ਹੈ ਸੋ ਕਾਮਨ ਫੂਡ ਮੈਪਸ ਦੇ ਵਿੱਚ 슈ਗਰਸ ਦਾ ਮੇਨ ਖਿਆਲ ਰੱਖਣਾ ਹੁੰਦਾ ਹੈ ਸੋ ਫਰਕਟੋਸ ਨਾਮ ਦੀ 슈ਗਰ ਵੈਜੀਟੇਬਲਸ ਤੋਂ ਆਉਂਦੀ ਹੈ ਲੈਕਟੋਸ ਨਾਮ ਦੀ 슈ਗਰ ਜਿਹੜੀ ਹੈ ਉਹ ਦੁੱਧ ਦਹੀਂ ਤੇ ਹੋਰ ਡੈਰੀ ਪ੍ਰੋਡਕਟਸ ਤੋਂ ਆਉਂਦੀ ਹੈ ਫਰਕਟਨਸ ਨਾਮ ਦੀ ਜਿਹੜੀ 슈ਗਰ ਹੈਗੀ ਆ ਇਹ ਸਾਡੇ ਅਨਾਜ ਤੋਂ ਆਉਂਦੀ ਹੈ ਠੀਕ ਹੈ ਗਲੈਕਟਨਸ ਨਾਮ ਦੀ 슈ਗਰ ਜਿਹੜੀ ਹੈ ਅਗਰ ਅਸੀਂ ਬਹੁਤ ਜ਼ਿਆਦਾ ਮਾਤਰਾ 'ਚ ਦਾਲਾਂ ਦੀ ਖਪਤ ਕਰਦੇ ਹਾਂ ਲਿਗਿਊਮਸ ਦੀ ਖਪਤ ਕਰਦੇ ਹਾਂ ਠੀਕ ਹੈ ਜਿਵੇਂ ਕਿ ਸੋਏ ਹੋ ਗਿਆ ਜਾਂ ਰਾਜਮਾ ਹੋ ਗਿਆ ਇਹ ਗਲੈਕਟਨਸ ਉਹਦੇ ਵਿੱਚ ਪਾਏ ਜਾਂਦੇ ਤੇ ਪੋਲੀਓਲਸ ਪਾਏ ਜਾਂਦੇ ਨੇ ਜ਼ਾਈਲਿਟੋਲ ਸੋਰਬਿਟੋਲ ਇਹ ਜਿਹੜੇ 슈ਗਰ ਐਲਕੋਹਲਸ ਹੁੰਦੀਆਂ ਨੇ ਜਾਂ ਆਰਟੀਫੀਸ਼ੀਅਲ ਸਵੀਟਨਰਸ ਇਹਨਾਂ ਨੂੰ ਕਹ ਦਿੰਦੇ ਨੇ ਜਾਂ ਲੋ ਕੈਲਰੀ ਸਵੀਟਨਰਸ ਇਹ ਉਹਨਾਂ 'ਚ ਪਾਏ ਜਾਂਦੇ ਸੋ ਇਹ ਕਾਮਨ ਫੂਡ ਮੈਪਸ ਐਂਡ ਸਾਨੂੰ ਇਹਨਾਂ ਨੂੰ ਜਿਹੜਾ ਆ ਆਪਾਂ ਕਟੋਣਾ ਆ ਠੀਕ ਹੈ ਆਪਾਂ ਇਹਨਾਂ ਨੂੰ ਘਟਾ ਕੇ ਚੱਲਣਾ ਲੋ ਫੂਡ ਮੈਪ ਆਪਾਂ ਯੂਜ਼ ਕਰਨਾ ਨੈਕਸਟ ਜਿਹੜਾ ਹੁਣ ਇਸ ਤੋਂ ਅਗਲੀ ਸਲਾਈਡ ਦੇ ਉੱਪਰ ਪ੍ਰੋਪਰ ਡਾਈਟ ਚਾਰਟ ਸ਼ੁਰੂ ਹੋ ਜਾਣਾ ਆ ਠੀਕ ਹੈ ਸੋ ਉਹਨੂੰ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਆ ਠੀਕ ਹੈ